ਆ ਮੈਂ ਨੁੱਕਰ 'ਚ ਪਹਿਲਾਂ ਗਲਿਆ ਸੜਿਆ ਘਾਹ ਅਤੇ ਸਬਜ਼ੀਆਂ ਦੇ ਪੱਤੇ ਹੋਰ ਕਈ ਕੁਛ ਜਿਹੜਾ ਥੱਲੇ ਸੁੱਟਤਾ ਉਹਦੇ ਉੱਤੇ ਵਿਛਾਤੇ ਆ ਤੋੜੇ, ਤਾਂ ਕਿ ਜਦੋਂ ਕੱਲ੍ਹ ਨੂੰ ਮੀਂਹ ਪਊਗਾ ਤਾਂ ਉਹ ਜਿਹੜਾ ਘਾਹ ਦਾ ਸਬਜ਼ੀ ਦਾ ਅਸਰ ਹੈ ਮਿੱਟੀ 'ਚ ਆਈ ਜਾਊਗਾ, ਅਤੇ ਤੋੜਿਆਂ ਦੇ ਉੱਤੇ ਰੱਖੂੰਗਾ ਇੱਟਾਂ ਜਿਹੜੀਆਂ ਕਦੀ ਗੰਦੀ ਨਹੀਂ ਹੋਣਗੀਆਂ। ਥਾਂ ਉੱਚਾ ਇਸ ਕਰਕੇ ਕੀਤਾ ਜੇ ਕੱਲ੍ਹ ਨੂੰ ਅਸੀਂ ਭਰਤੀ ਪਾਈਏ, ਮਤਲਬ ਮਿੱਟੀ ਪਾਈਏ, ਅਤੇ ਇੱਟਾਂ ਜਿਹੜੀਆਂ ਥੱਲੇ ਨਾ ਨੱਪੀਆਂ ਜਾਣ, ਤੋੜੇ ਇਸ ਕਰਕੇ ਰੱਖੇ ਅਤੇ ਉਹਨਾਂ ਦੇ ਉੱਤੇ ਇੱਟਾਂ ਰੱਖੂੰਗਾ ਹੁਣ ਮੈਂ ਜਿਹੜੀਆਂ ਐਕਸਟਰਾ ਬਚ ਗਈਆਂ ਸੀ ਆਪਣੀਆਂ। ਹਾਂਜੀ ਸਤਿ ਸ਼੍ਰੀ ਅਕਾਲ ਗਾਈਸ, ਅੱਜ ਮੈਂ ਆਪਣੀ ਜ਼ਿੰਦਗੀ ਦਾ ਪਹਿਲਾ ਵਲੌਗ ਬਣਾਉਣ ਜਾ ਰਿਹਾ, ਜਿੱਦਾਂ ਲੋਕ ਬਣਾਉਂਦੇ ਆ ਪ੍ਰੋਫੈਸ਼ਨਲੀ ਵਲੌਗ, ਇਹਨੂੰ ਪ੍ਰੋਫੈਸ਼ਨਲ ਵੀ ਨਹੀਂ ਬਹੁਤਾ ਕਹਿ ਸਕਦੇ, ਨੋਰਮਲ ਵਲੌਗ ਹੋਊਗਾ। ਔਰ ਮਤਲਬ ਇਸ ਪਾਸੇ ਮੈਂ ਆਉਣਾ ਤਾਂ ਨਹੀਂ ਚਾਹੁੰਦਾ, ਪਰ ਮਜਬੂਰੀ ਲੈ ਆਈ ਆ ਕਿਉਂਕਿ ਹੋਰ ਕੋਈ ਕੰਮ ਚੱਲ ਨਹੀਂ ਰਿਹਾ ਤੇ ਮੈਂ ਕਰ ਵੀ ਨਹੀਂ ਸਕਦਾ। ਸੋ ਮੈਂ ਸੋਚਿਆ ਵੀ ਵਲੌਗ ਲਈ ਟੋਪਿਕ ਕੀ ਹੋਊਗਾ, ਵੀ ਕਿਹੜੇ ਟੋਪਿਕ ਤੇ ਵਲੌਗ ਬਣਾਉਣਾ ਆ। ਫਿਰ ਮੈਨੂੰ ਚੇਤਾ ਆਇਆ ਵੀ ਵਲੌਗ ਸ਼ੁਰੂ ਕਰਨ ਲੱਗਾ ਤੇ ਬਾਹਰੋਂ ਆਵਾਜ਼ਾਂ ਆਈ ਜਾਂਦੀਆਂ ਸੀ, ਮੈਂ ਕਿਹਾ ਵੇਖਾਂ ਤੇ ਕੌਣ ਆ, ਤੇ ਆਹ ਵੇਖੋ ਆਹ ਜਨਾਬ ਆਵਾਜ਼ਾਂ ਮਾਰਦੇ ਸੀ ਬਾਹਰੋਂ। ਲਓ ਵੀ ਮਿੱਤਰੋ ਮਿਲੋ ਮੇਰੇ ਦੋਸਤ ਨਾਲ, ਇਹ ਮੁੰਡਾ ਮੇਰੇ ਨਾਲ ਵੀਡੀਓ ਬਣਾਉਂਦਾ, ਸ਼ਾਇਦ ਤੁਸੀਂ ਮੇਰੀਆਂ ਵੀਡੀਓ ਦੇ ਵਿੱਚ ਵੇਖਿਆ ਹੀ ਹੋਣਾ ਵਾ। ਅੱਜ ਵਿਆਹ ਤੇ ਚੱਲਿਆ ਕੱਲਾ ਕੱਲਾ, ਇਹਨੇ ਮੈਨੂੰ ਸੁਣਾ ਨਹੀਂ ਮਾਰੀ, ਕੋਈ ਗੱਲ ਨਹੀਂ, ਤੇ ਇਹਦੇ ਨਾਲ ਬਾਅਦ ਚ ਹਿਸਾਬ ਤਾਂ ਬਰਾਬਰ। ਓ ਜਾ ਮੈਂ ਇੰਨਾ ਵੀ ਭੁੱਖਾ ਨਹੀਂ ਹੈਗਾ ਜਿੰਨਾ ਤੂੰ ਰੌਲਾ ਪਾਈ ਜਾਂਦਾ ਵਾ। ਓ ਜਾ ਇੰਨਾ ਭੁੱਖਾ ਭਾਖਾ ਨਹੀਂ ਹੈਗਾ, ਮੈਂ ਮੇਰੇ ਬਾਰੇ ਫਾਲਤੂ ਬੋਲੀ ਜਾਣਾ, ਜਾ ਚੱਲ ਜਾ, ਤੇਰੇ ਵਰਗੇ ਨੂੰ ਮੂੰਹ ਨਹੀਂ ਲਾਉਂਦਾ। ਆਹੋ ਲਫਾਫੇ ਚ ਪਾ ਕੇ ਥੋੜੇ ਪਕੌੜੇ ਲੈ ਆਈ ਮੇਰੇ ਲਈ। ਵੀ ਕਿਹੜੇ ਟੋਪਿਕ ਤੇ ਵਲੌਗ ਬਣਾਉਣਾ ਆ, ਫਿਰ ਮੈਨੂੰ ਚੇਤਾ ਆਇਆ ਵੀ ਆਹ ਪਿੱਛੇ ਜਿਹੜੀ ਕੰਧ ਕੀਤੀ ਆ ਨਵੀਂ, ਤੇ ਉਹਦੇ ਲਾਗੇ ਇੰਨਾ ਟਾਈਮ ਥੋੜਾ ਸਾਫ਼ ਸਫਾਈ ਹੋਣ ਵਾਲੀ ਆ, ਤੇ ਉਹ ਜਗ੍ਹਾ ਨੂੰ ਮੈਂ ਸਾਫ਼ ਕਰੂੰਗਾ ਤੇ ਉਹਦਾ ਵਲੌਗ ਬਣਾਊਂਗਾ ਵੀ ਕਿਵੇਂ ਉਹ ਸਾਰੀ ਜਗ੍ਹਾ ਨੂੰ ਮੈਂ ਸਾਫ਼ ਕੀਤਾ, ਮੇਨਟੇਨ ਕੀਤਾ, ਤੇ ਉਹ ਸਾਰਾ ਕੁਛ ਤੁਹਾਨੂੰ ਮੈਂ ਦਿਖਾਊਂਗਾ ਆਪਣੇ ਵਲੌਗ ਦੇ ਵਿੱਚ। ਤੇ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਨੇੜੇ ਜਾ ਕੇ ਉੱਥੋਂ ਦੀ ਗੰਦਗੀ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦੇਵਾਂ ਵੀ ਗੰਦਗੀ ਕਿਸੇ ਕਹਤੇ ਹੈ ਔਰ ਕਿਆ ਹੁੰਦੀ ਹੈ। ਕੰਧ ਕੀ ਨੁੱਕਰ ਤੱਕ ਜਾਣੇ ਕਾ ਅਸੀਂ ਆਪਣਾ ਸਫ਼ਰ ਗੋਭੀ ਕੇ ਛੋਟੇ ਸੇ ਫੂਲ ਸੇ ਕਰੇਂਗੇ, ਔਰ ਐਸੇ ਚਲੇਂਗੇ ਔਰ ਵਹਾਂ ਤੱਕ ਦਿਖਾਏਂਗੇ ਵੀ ਜੇ ਜੋ ਇੰਟੇ ਖਿਲ ਰਹੀ ਹੈ ਇਨਕੋ ਸਭ ਕੋ ਉਠਾ ਕੇ ਵਹਾਂ ਮੈਂ ਨੁੱਕਰ ਮੇ ਲਗਾ ਦੂੰਗਾ, ਇਹ ਜੋ ਇੰਟੇ ਹੈ। ਇੱਥੇ ਪਹਿਲਾਂ ਥੋੜ੍ਹਾ ਜਿਹਾ ਗੰਦਾ ਮੁੰਦਾ ਘਾਹ ਘੂਹ ਸੁੱਟ ਕੇ ਤਾਂ ਥਾਂ ਉੱਚਾ ਕਰ ਲੈਣਾ, ਫਿਰ ਉੱਤੇ ਤੋੜੇ ਵਿਛਾ ਕੇ ਅਤੇ ਆਪਾਂ ਇੱਟਾਂ ਰੱਖ ਦੇਣੀਆਂ। ਇਹ ਹੈ ਸਾਡੇ ਘਰ ਦਾ ਕੁਦਰਤੀ ਵਿਊ, ਜਿਹੜਾ ਲਾਗੇ ਰੁੱਖ ਰੱਖਿਆ ਔਰ ਖੁੱਲ੍ਹੀ ਥਾਂ 'ਚ ਘਰ ਆ। ਵਲੌਗ ਵੇਖਦਿਆਂ ਤੁਹਾਡੇ ਮਨ 'ਚ ਆਉਣਾ ਵੀ ਇਹ ਕਿ ਫੁੱਦੂ ਹਰਕਤਾਂ ਕਰੀ ਜਾਂਦਾ ਵਾ, ਦੱਸ ਇਹਦਾ ਕੀ ਮਤਲਬ ਆ। ਉਹ ਗੱਲ ਇੱਦਾਂ ਆ ਵੀ ਲੋਕਾਂ ਦੀ ਤਾਂ ਕੁੜੀ ਵੀ ਟੱਟੀ ਵੀ ਵਿਕਦੀ ਜਾਂਦੀ ਅਤੇ ਸਾਡੀ ਸਬਜ਼ੀ ਵੀ ਨਹੀਂ ਵਿਕਦੀ, ਮਤਲਬ ਲੋਕ ਜੋ ਮੂੰਹ 'ਚ ਆਉਂਦਾ ਗੰਦ ਮੰਦ ਪਾ ਕੇ ਅਤੇ ਆਪਣਾ ਵਲੌਗ ਚਲਾਈ ਜਾਂਦੇ, ਅਤੇ ਮੈਂ ਤਾਂ ਫਿਰ ਵੀ ਕੁਛ ਨਾ ਕੁਛ ਹੱਥੀਂ ਕਰ ਹੀ ਨਹੀਂ ਰਿਹਾ। ਇਸ ਕਰਕੇ ਭਰਾਵੋ ਤੁਹਾਡਾ ਫਰਜ਼ ਬਣਦਾ ਆ ਵੀ ਮੇਰੇ ਵਰਗੇ ਦੀ ਵੀ ਵੀਡੀਓ ਵੇਖੋ, ਜਿਹੜਾ ਕੋਈ ਮਾੜਾ ਮੋਟਾ ਕਰਨ ਡਿਆ ਕੁਛ ਹੱਥ 'ਤੇ ਹਿਲਾਉਣ ਡਿਆ ਨਾ, ਦੂਜਿਆਂ ਵਾਂਗੂ ਨਹੀਂ ਵੀ ਅੱਜ ਮੈਂ ਗਿਆ ਭੂਆ ਦੇ ਘਰ ਅਤੇ ਅੱਜ ਗਿਆ ਮੈਂ ਮਾਮੇ ਦੇ ਅਤੇ ਖਾਲੇ ਪਕੌੜੇ। ਕਿਸਮਤ ਸਾਲੀ ਬੜੀ ਕੁੱਤੀ ਚੀਜ਼ ਹੁੰਦੀ ਆ, ਵਲੌਗ ਟੱਟੂ ਬਣਾਉਣਾ ਸੀ ਭੈਣ ਜੀ, ਜਿਹੜਾ ਸਟੈਂਡ 'ਤੇ ਮੋਬਾਈਲ ਲਾਉਣਾ ਸੀ ਉਹ ਸਟੈਂਡ ਹੀ ਟੁੱਟ ਗਿਆ ਵਾ, ਸਾਲੀ ਲੱਤ ਟੁੱਟ ਗਈ ਸਟੈਂਡ ਦੀ, ਸਾਰਾ ਮੂਡ ਹੀ ਖਰਾਬ ਹੋ ਗਿਆ ਵਲੌਗ ਦੀ ਮਾਰੋ ਬੁੰਡ। ਹੁਣ ਆਪਾਂ ਹੋਰ ਕੋਈ ਕੰਮ ਕਰਾਂਗੇ, ਆਹ ਵੇਖੋ ਆਪਣੇ ਘਰ 'ਚ ਬਰੋਕਲੀ ਵੀ ਹੈਗੀ ਆ, ਅਤੇ ਦੂਜੇ ਟੋਪਿਕ 'ਤੇ ਚੱਲਦੇ ਹਾਂ ਆਪਾਂ। ਲਓ ਬਈ ਨੁੱਕਰ ਨੂੰ ਲਾ ਕੇ ਨੁੱਕਰੇ ਅਤੇ ਆਪਾਂ ਹੋਰ ਕੰਮ ਕਰਨ ਲੱਗੇ ਹਾਂ। ਆਹ ਆਪਣੇ ਘਰ ਦਾ ਮੇਨ ਐਂਟਰੈਂਸ ਹੈ, ਦਰਵਾਜ਼ਾ ਜਿਹੜਾ ਬੂਹਾ,
ਇਹਦੇ ਸਾਹਮਣੇ ਥਾਂ ਕੱਚਾ ਵਾ ਅਤੇ ਮੇਰਾ ਇਰਾਦਾ ਪਰਸੋਂ ਜਦੋਂ ਕੰਧ ਵਾਲੇ ਮਿਸਤਰੀ ਦਾ ਮਸਾਲਾ ਵਧਿਆ ਰਹਿ ਗਿਆ ਸੀ ਅਤੇ ਥੋੜ੍ਹੀ ਜਿਹੀ ਬਜਰੀ ਬੁਜਰੀ ਜਿਹੀ ਪਈ ਹੈ, ਐਵੇਂ ਗਤਾਵਾ ਜਿਹਾ ਕਰਕੇ ਵੇਖਦੇ ਹਾਂ ਇਹਨੂੰ ਪੱਕਾ ਕਰ ਲਈਏ, ਕਿਉਂਕਿ ਉੱਦਾਂ ਮਿੱਟੀ ਜਾਂਦੀ ਅੰਦਰ ਚਿੱਕੜ ਜਾਂਦਾ ਅਤੇ ਇੱਥੋਂ ਥੋੜ੍ਹਾ ਜਿਹਾ ਪੱਕਾ ਕਰ ਲੈਂਦੇ ਹਾਂ, ਇਹਨਾਂ ਨਾਲ ਪੈਰ ਪੂਰ ਪੂੰਝ ਕੇ ਅੰਦਰ ਚਲ ਜਾਇਆ ਕਰਾਂਗੇ। ਸਭ ਤੋਂ ਪਹਿਲੇ ਬਾਲਟਾ ਔਰ ਕਹੀ ਉਠਾਏਂਗੇ, ਫਿਰ ਬਜਰੀ ਕੀ ਤਰਫ ਜਾਏਂਗੇ, ਫਿਰ ਕਹੀ ਕੇ ਸਾਥ ਬਾਲਟੇ ਮੇ ਬਜਰੀ ਕੋ ਪਾਏਂਗੇ ਔਰ ਫਿਰ ਵਹਾਂ ਦਰਵਾਜ਼ੇ ਤੱਕ ਲੈ ਕੇ ਜਾਏਂਗੇ। ਬਜਰੀ ਤਾਂ ਦਿੱਤੀ ਸੀ ਮੈਂ ਵਿਛਾ ਅਤੇ ਹੁਣ ਆ ਝੂਰਾ ਭੂਰਾ ਜਿਹਾ ਹੁੰਦਾ ਜਦੋਂ ਪਲਸਤਰ ਲਈ ਮਸਾਲਾ ਛਾਣਦੇ ਨਾ ਅਤੇ ਉਹਦੇ 'ਚੋਂ ਬਰੀਕ ਮਟੀਰੀਅਲ ਨਿਕਲਦਾ, ਉਹ ਵੀ ਮੈਂ ਬਜਰੀ ਦੇ ਉੱਤੇ ਐਂ ਸੁੱਟ ਦੇਣ ਲੱਗਾ ਅਤੇ ਇਹਨੂੰ ਖਿਲਾਰ ਦੇਣ ਲੱਗਾ। ਪਰਸੋਂ ਵਾਲੇ ਬਚੇ ਮਸਾਲੇ ਕੋ ਗੋਡੀ ਦੇਂਗੇ ਔਰ ਇਸਮੇ ਬਾਅਦ ਮੈਂ ਪਾਣੀ ਡਾਲ ਦੇਂਗੇ, ਨਰਮ ਕਰ ਲੇਂਗੇ। ਟੂਟੀ ਖੋਲ੍ਹ ਕੇ ਜਿਹੜਾ ਮਟੀਰੀਅਲ ਦਰਵਾਜ਼ੇ ਕੇ ਸਾਹਮਣੇ ਸੁੱਟਾ ਹੈ ਉਸਕੋ ਥੋੜ੍ਹਾ ਜਿਹਾ ਗੀਲਾ ਕਰ ਲੇਂਗੇ ਪੈਣੀ ਲਾ ਕੇ। ਮਸਾਲੇ ਕੋ ਫਿਰ ਦੁਬਾਰਾ ਪਾਣੀ ਮਾਰ ਲੇਂਗੇ ਤਾਂ ਕਿ ਉਹ ਨਰਮ ਹੋ ਜਾਏ। ਵੀਡੀਓ ਬਹੁਤ ਜ਼ਿਆਦਾ ਲੰਬੀ ਹੋਣ ਕਰਕੇ ਮੈਂ ਮਸਾਲਾ ਪਾਉਣ ਵਾਲੇ ਸੀਨ ਕੱਟਤੇ, ਮੇਰੇ ਕੋਲ ਕਾਂਡੀ ਨਹੀਂ ਹੈਗੀ, ਮੈਂ ਹੱਥਾਂ ਨਾਲ ਮਸਾਲਾ ਮਛਾਇਆ। ਫਿਰ ਹੁਣ ਜਾਣ ਕੇ ਐਕਟਿੰਗ ਕਰਨ ਡਿਆ ਵੀ ਤੁਹਾਨੂੰ ਲੱਗੇ ਵੀ ਮੁੰਡਾ ਕਿੰਨਾ ਮਿਹਨਤੀ, ਵੇਖ ਵੀ ਹੈ ਇਹ ਸਭ ਡਰਾਮੇ ਆ ਸਭ। ਬਜਰੀ ਅਤੇ ਮਸਾਲਾ ਪਾਉਣ ਤੋਂ ਬਾਅਦ ਹੱਥਾਂ ਨਾਲ ਕੂਟ ਕੇ ਅਤੇ ਹੁਣ ਫਿਰ ਦੁਬਾਰਾ ਉਹਦੇ 'ਤੇ ਪਾਣੀ ਪਾਉਣ ਲੱਗਾ ਤਾਂ ਕਿ ਧਰਤੀ 'ਚ ਪਾਣੀ ਥੋੜ੍ਹਾ ਜਾਵੇ ਅਤੇ ਮਸਾਲੇ ਦਾ ਅਸਰ ਨਾਲ ਸਿਮ ਜੇ, ਥੋੜ੍ਹਾ ਮਜ਼ਬੂਤ ਹੋ ਜੇ ਕੰਮ। ਉਹ ਕਹਿੰਦੇ ਨੇ ਛੱਡਿਆ ਮੱਝ ਥੱਲੇ ਗਿਆ ਝੂਠੇ ਥੱਲੇ ਅਤੇ ਆਹ ਵੇਖ ਵੀ ਕੰਮ ਕੋਈ ਹੋਰ ਕਰਨਾ ਸੀ ਅਤੇ ਆਹ ਮੁਰਗੇ ਕਰਾ ਕੇ ਅਤੇ ਕਰਤਾ ਇੱਦਾਂ। ਆਹ ਜੇ ਤੁਹਾਡੇ ਸਾਹਮਣੇ ਫਾਈਨਲ ਰਿਜ਼ਲਟ ਜਿਹੜਾ ਮੈਂ ਕਰਤੂਤ ਕੀਤੀ ਆ ਅਤੇ ਆਹ ਕੁਰਸੀ ਦੇ ਉੱਤੇ ਫਿਰ ਸਟੈਂਡ ਨੂੰ ਵੈਸੇ ਟਿਕਾਇਆ ਬਿਨਾਂ ਲੱਤ ਤੋਂ ਕੱਪੜੇ ਦੇ ਸਹਾਰੇ ਨਾਲ ਅਤੇ ਵੀਡੀਓ ਬਣਾਉਂਦਾ ਰਿਹਾ ਇੱਕ ਥਾਂ ਟਿਕਾ ਕੇ ਅਤੇ ਆਹ ਮੁੜ ਕੇ ਇੱਟਾਂ ਉੱਟਾਂ ਵਾਲਾ ਕੰਮ 'ਤੇ ਰਹਿ ਗਿਆ। ਹੁਣ ਫਿਰ ਕਿਸੇ ਦਿਨ ਜਦੋਂ ਦੁਬਾਰਾ ਐਨਰਜੀ ਮਿਲੂਗੀ ਅਤੇ ਚੁੱਕ ਕੇ ਇੱਟਾਂ ਉੱਥੇ ਲਾਊਂਗਾ। ਨੁੱਕਰੇ ਵੈਸੇ ਥੋੜ੍ਹੀਆਂ ਜਿਹੀਆਂ ਲਾਈਆਂ ਵੀ ਆ, ਅੱਧੇ ਰੋੜੇ ਪਾਉਣੇ ਅਤੇ ਖਾਧੜ ਇੱਟਾਂ ਦਾ ਆਹ ਇੱਕ ਪਾਸੇ ਵੱਖਰਾ ਚੱਕਾ ਲਾਉਣਾ ਵਾ। ਸਾਡੇ ਇੱਧਰ ਚੱਕਾ ਵੀ ਕਹਿ ਦਿੰਦਾ, ਇਹ ਘੋੜੀ ਵੀ ਕਹਿ ਦਿੰਦੇ ਇੱਟਾਂ ਦੀ। ਇੱਧਰ ਆ ਨੁੱਕਰ 'ਚ ਪੂਰੀਆਂ ਸਬੂਤੀਆਂ ਸਾਫ਼ ਹੈ, ਖਰੇ ਸੋਨੇ ਵਰਗੀਆਂ ਇੱਟਾਂ। ਵਲੋਗ ਤਾਂ ਸਾਰਾ ਭਾਂਡੇ 'ਚ ਵੜ ਗਿਆ ਕਿਉਂਕਿ ਆਹ ਸਟੈਂਡ ਦੀ ਲੱਤ ਟੁੱਟ ਗਈ ਸੀ ਅਤੇ ਆਪਾਂ ਫਿਰ ਵੀ ਆਪਣਾ ਡੰਗ ਸਾਰ ਲਿਆ। ਹੁਣ ਤੁਹਾਡੀ ਵਾਰੀ ਆ, ਤੁਸੀਂ ਸਪੋਰਟ ਕਰੋ ਤਾਂ ਕਿ ਮੈਂ ਕਮਾਈ ਕਰਕੇ ਨਵਾਂ ਸਟੈਂਡ ਖਰੀਦ ਕੇ ਅਤੇ ਵੱਧ ਤੋਂ ਵੱਧ ਗੰਦ ਪਾਵਾਂ ਅਤੇ ਉਹਨਾਂ ਦੀ ਕੈਟਾਗਰੀ 'ਚ ਸ਼ਾਮਿਲ ਹੋ ਜਾਂ ਜਿਹੜੇ ਯੂਟਿਊਬ 'ਤੇ ਅੱਤਵਾਦ ਮਚਾ ਰਹੇ ਆ ਫੋਦੂ ਕਿਸਮ ਦੇ ਫਾਲਤੂ ਗੱਲਾਂ ਵਾਲੇ ਵਲੋਗ ਬਣਾ ਕੇ। ਅਤੇ ਹੋਰ ਤਾਂ ਕੋਈ ਕੰਮ ਬਚਿਆ ਨਹੀਂ, ਬਸ ਇਹੀ ਰਹਿ ਗਿਆ ਸੀ ਮੇਰੇ ਕੋਲ, ਇਹੀ ਕਰਨਾ ਅਤੇ ਹੁਣ ਮੈਂ ਇੱਕ ਗਾਣਾ ਸੁਣਾ ਕੇ ਐਂਡ ਕਰਦਾ।